ਕਿਹਨਾਂ ਤੂੰ ਇੱਥੇ ਕੀ ਕਰਦੀ ਆ ਵੀਰੇ ਇਹੋ ਜਿਹੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਖੜੀ ਹੋ ਤੂੰ ਵੀਰੇ ਇਹੋ ਜਿਹੀ ਕੋਈ ਗੱਲ ਨਹੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਬਈ ਇਹੀ ਤਾਂ ਕੋਈ ਗੱਲ ਹੀ ਨਹੀਂ ਆ ਵੈਸੇ ਬੈਠੇ ਹਾਂ ਤਾਂ ਗੱਲ ਸੁਣ ਲਾ ਓਏ ਐਦੂ ਬਾਅਦ ਇਹਦੇ ਨਾਲ ਦਿਸ ਗਿਆ ਨਾ ਮੈਨੂੰ ਇੱਥੇ ਡਬੋ ਕੁੱਟੂ ਤੈਨੂੰ ਬਈ ਫ੍ਰੀ ਸੀ ਯਾਰ ਤਾਂ ਬੈਠੇ ਯਾਰ ਫ੍ਰੀ ਸੀ ਨਾਲੇ ਹੋਰ ਤੂੰ ਘਰੇ ਚੱਲ ਤੈਨੂੰ ਦੱਸੂ ਪਤਾ ਮੈਂ ਚੱਲ ਬਹੁਤ ਹੋ ਗਈਆਂ ਪੜਾਈਆਂ ਇਦੋਂ ਬਾਅਦ ਕਿਤੇ ਜਾਣ ਦੀ ਲੋੜ ਨਹੀਂ ਉਹ ਕੀ ਹੋ ਗਿਆ ਕੁੜੀ ਨੂੰ ਧੱਕੇ ਮਾਰੀ ਜਾਣਾ ਧੱਕੇ ਨਾ ਮਾਰਾਂ ਹੋਰ ਕੀ ਕਰਾਂ ਬਾਪੂ ਆਪਣਾ ਮੂੰਹ ਕਾਲਾ ਕਰਾਉਂਦੀ ਫਿਰਦੀ ਆ ਇਹ ਗਲਤ ਸਮਝੋ ਤੁਸੀਂ ਵੀਰੇ ਇਹੋ ਜਿਹੀ ਕੋਈ ਗੱਲ ਨਹੀਂ ਗੀ ਫ੍ਰੀਡਮ ਚ ਮੁੰਡੇ ਕੁੜੀਆਂ ਸੀ ਅਸੀਂ ਬੈਠ ਗਏ ਅੱਛਾ ਹਜੇ ਮੈਂ ਗਲਤ ਹਾਂ ਮੈਂ ਆਪਦੀਆਂ ਅੱਖਾਂ ਨਾਲ ਦੇਖਿਆ ਬਾਪੂ ਮੁੰਡਿਆਂ ਨਾਲ ਬੈਠੀ ਏ ਨਹੀਂ ਬਾਪੂ ਇਹੋ ਜਿਹੀ ਕੋਈ ਗੱਲ ਨਹੀਂ ਵੀਰਾ ਗਲਤ ਸਮਝੀ ਜਾਂਦਾ ਜਾਂ ਤਾਂ ਬਾਪੂ ਨੂੰ ਵਿਆਹ ਦੇ ਜਾਂ ਘਰੇ ਬਿਠਾ ਲੈ ਨੂੰ ਕਿਉਂ ਗੱਲ ਕੀ ਹੋ ਗਈ ਗੱਲ ਪੂਰੀ ਦੱਸੋ ਗੱਲ ਕੀ ਹੋਣੀ ਆ ਬਾਪੂ ਆਪਾਂ ਇਹਨੂੰ ਪੜਨ ਭੇਜਦੇ ਆ ਉੱਥੇ ਇਹ ਮੁੰਡਿਆਂ ਨਾਲ ਤੁਰੀ ਫਿਰਦੀ ਆ ਹਾਂ ਦੱਸ ਕੁੜੀਏ ਕੀ ਗੱਲ ਹੈ ਕੀ ਕਹਿੰਦਾ ਤੇਰਾ ਵੀਰ ਨਹੀਂ ਬਾਪੂ ਜੀ ਇਹੋ ਜੀ ਕੋਈ ਗੱਲ ਨਹੀਂ ਗੀ ਵੀਰਾ ਤੂੰ ਉਹੀ ਗੱਲਾਂ ਬਣਾਈ ਜਾਂਦਾ ਵਾ ਮੇਰੀਆਂ ਬਾਪੂ ਇਹਦੀਆਂ ਗੱਲਾਂ ਚ ਨਾ ਇਹਨੇ ਪਿੰਡ 'ਚ ਆਪਣਾ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਨਹੀਂ ਬਾਪੂ ਪਲੀਜ਼ ਮੈਨੂੰ ਕਾਲਜ ਜਾਣ ਦੀ ਤੇ ਇਜਾਜ਼ਤ ਦੇ ਦਿਓ ਮੈਂ ਹੁਣ ਕਾਲਜ ਤੋਂ ਘਰੇ ਘਰ ਤੋਂ ਕਾਲਜ ਹੀ ਜਾਇਆ ਕਰੂੰ ਸਿੱਧੀ ਕਿਸੇ ਕੋਲ ਵੀ ਨਹੀਂ ਖੜਦੇਗੀ ਮੁੰਡੇ ਕੋਲ ਤਾਂ ਦੂਰ ਮੈਂ ਕਿਸੇ ਕੁੜੀ ਕੋਲ ਵੀ ਨਹੀਂ ਖੜਦੇਗੀ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਪੜ੍ਹਾਈ ਦਾ ਹਾਂ ਲਾਡੀ ਹੁਣ ਤੂੰ ਦੱਸ ਕੀ ਕਰੀਏ ਇਹਦਾ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ ਇੱਕ ਮੌਕਾ ਇਹਨੂੰ ਹੋਰ ਦਿੰਦੇ ਆਪਾਂ ਦੇਖ ਲਾ ਬਾਪੂ ਤੇਰੀ ਮਰਜ਼ੀ ਹੈ ਪਰ ਮੈਂ ਸਹਿਮਤ ਨਹੀਂ ਹੈਗਾ ਮੈਂ ਤਾਂ ਇਹੀ ਕਹਿੰਦਾ ਉਹਨੂੰ ਵਿਆਹ ਕੇ ਤੋਰ ਪਰਾਂ ਬਾਕੀ ਤੁਹਾਡੀ ਮਰਜ਼ੀ ਹੈ ਦੇਖ ਲੈ ਪੁੱਤ ਮਨ ਲਾ ਕੇ ਪੜ੍ਹਾਈ ਕਰ ਸਾਡੀ ਇੱਜ਼ਤ ਤੇਰੇ ਹੱਥ ਹੈ ਹੁਣ ਤੁਹਾਨੂੰ ਮੇਰੀ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਂ ਤੁਹਾਨੂੰ ਬਸ ਤੈਨੂੰ ਵੀ ਆਖਰੀ ਤੇ ਅਖੀਰਲੀ ਮੌਕਾ ਹੈ ਜੇ ਤੂੰ ਇੱਜ਼ਤ ਰੱਖੇਂਗੀ ਤਾਂ ਤੈਨੂੰ ਇੱਕ ਮੌਕਾ ਹੋਰ ਦਿੱਤਾ ਆਪਦਾ ਪੜ੍ਹਾਈ ਵੱਲ ਧਿਆਨ ਦੇ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ ਮੇਰੀ ਪੱਗ ਬਾਰੇ ਸੋਚ ਲਈ ਅੱਛਾ ਹਾਂ ਹੁਣ ਦੀਪ ਤੂੰ ਅੱਜ ਮੈਨੂੰ ਇੱਥੇ ਕਿਉਂ ਬੁਲਾਇਆ ਹੈ ਕਿਰਨ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਯਾਰ ਦੱਸੋ ਯਾਰ ਆਪਾਂ ਕਿੰਨਾ ਕੁ ਟਾਈਮ ਡਰ ਡਰ ਕੇ ਮਿਲੀ ਜਾਵਾਂਗੇ ਕਿਉਂ ਕੀ ਹੋਇਆ ਆਪਣਾ ਇੱਕ ਹੱਲ ਹੋ ਸਕਦਾ ਯਾਰ ਕਿਹੜਾ ਆਪਾਂ ਭੱਜ ਕੇ ਵਿਆਹ ਕਰਾ ਲੈਣੇ ਯਾਰ ਭੱਜ ਕੇ ਵਿਆਹ ਮੇਰੇ ਘਰ ਦੇ ਮੈਨੂੰ ਪੜਨ ਮਸਾ ਭੇਜਦੇ ਨੇ ਮੈਂ ਤੇਰੇ ਨਾਲ ਭੱਜ ਕੇ ਵਿਆਹ ਕਿਵੇਂ ਕਰਾ ਸਕਦੀ ਆ ਯਾਰ ਮੈਂ ਵੀ ਤਾਂ ਆਪਦੇ ਘਰ ਦੇ ਛੱਡੀ ਬੈਠਾ ਤੇਰੇ ਵਾਸਤੇ ਤੂੰ ਨਹੀਂ ਛੱਡ ਸਕਦੀ ਜੇ ਲਾਈ ਹੈ ਤਾਂ ਨਿਭਾਉਣੀ ਤਾਂ ਪਊਗੀ ਹਾਂ ਪਰ ਫਿਰ ਐ ਨਾ ਹੋਵੇ ਵੀ ਮੈਂ ਉਹਨਾਂ ਵੱਲੋਂ ਵੀ ਜਾਵਾਂ ਤੇਰੇ ਵੱਲੋਂ ਵੀ ਜਾਵਾਂ ਮੈਂ ਤੇਰੇ ਪਿੱਛੇ ਉਹਨਾਂ ਨੂੰ ਛੱਡਦਾ ਤੇ ਤੂੰ ਕੱਲ ਨੂੰ ਮੈਨੂੰ ਹੀ ਛੱਡ ਦੇ ਤੂੰ ਐ ਦੱਸ ਕਰਨਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਹਾਂ ਭਰੋਸਾ ਤਾਂ ਹੈ ਚੱਲ ਫਿਰ ਠੀਕ ਹੈ ਕਰਨਾ ਅੱਜ ਸ਼ਾਮ ਨੂੰ ਤਿਆਰੀ ਕਰਕੇ ਬੱਸ ਸਟੈਂਡ ਆ ਜੀ ਠੀਕ ਹੈ ਹਾਂਜੀ ਹਾਂਜੀ ਦੀਪ ਆ ਗਈ ਬਸ ਮੈਂ ਬਸ ਕਰ ਲਈ ਪੈਕਿੰਗ ਕਰੂੰ ਚੱਲਣ ਲੱਗੀ ਹਾਂ ਬਸ ਓਕੇ ਓਕੇ ਠੀਕ ਹੈ ਠੀਕ ਹੈ
ਕਿੰਨੇ ਕਿੱਥੇ ਰਹਿ ਗਈ ਸੀ ਯਾਰ? ਯਾਰ ਘਰ ਦਾ ਵੀ ਹਿਸਾਬ ਦੇਖ ਕੇ ਆਉਣਾ ਸੀ ਨਾ, ਮੈਂ ਪੈਕਿੰਗ ਕਰਨ ਲੱਗ ਗਈ ਸੀ ਵੀ ਕੋਈ ਦੇਖ ਵੀ ਨਾ ਲਵੇ ਮੈਨੂੰ ਆਉਂਦੀ ਨੂੰ। ਮੈਂ ਕਹੁੰਦਾ ਡੀਕੀ ਨਾ ਤੁਹਾਨੂੰ। ਚਲੋ ਇੱਕ ਮਿੰਟ ਖੜੋ, ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣਾ। ਹਾਂ ਥੋੜਾ ਜਲਦੀ ਆਇਓ। ਹਾਂ ਹਾਂ ਆ ਗਿਆ। ਕਿਰਨ ਤੂੰ ਇੱਥੇ? ਵੀਰੇ ਮੈਂ ਬੱਸ ਦਾ ਵੇਟ ਕਰੀ ਜਾਂਦੀ ਸੀ। ਬੱਸ ਦਾ ਵੇਟ? ਚੱਲ ਮੈਂ ਘਰੀ ਚੱਲਿਆ ਬੈਠਾ ਜੀ। ਤੂੰ ਬਹਿ ਜਾ ਹੁਣ। ਮੈਂ ਗੱਲ ਮੰਨਣੀ ਆ ਕਿ ਨਹੀਂ ਮੰਨਣੀ? ਅਸੀਂ ਪੜਨੋਂ ਵੀ ਹਟਾ ਲਾਂਗੇ। ਚੱਲ ਜਾ ਹੁਣ ਅੰਦਰ। ਬਾਪੂ ਨੇ ਵਾਲੀ ਚਮਲਾ ਰੱਖੀ ਆ ਯਾਰ, ਗੱਲ ਹੀ ਨਹੀਂ ਮੰਨਦੀ ਕੋਈ। ਇਹ ਕਮੇ ਚੱਲਦਾ ਕਾਰੋਬਾਰ? ਵਧੀਆ ਵਧੀਆ, ਤੂੰ ਦੱਸ ਬਾਈ? ਪੈਸੇ ਦੇ ਯਾਰ ਬਈ। ਨਾ ਵੀਰੇ, ਯਾਰ ਹੈ ਨਹੀਂ ਗੇ ਪੈਸੇ। ਨਹੀਂ ਦੇ, ਨਾ ਹੈ ਨਹੀਂ ਗੇ ਵੀਰੇ। ਯਾਰ ਦੇ ਦੇ, ਜੇ ਹੁੰਦੇ ਦੇ ਦਿੰਦੇ ਤੈਨੂੰ ਪੈਸੇ।
ਕਿ ਆਪਣੀ ਹਾਲਤ ਬਣਾ ਲਈ ਮੇਰੇ ਪਿੱਛੇ ਇੰਨਾ ਪਾਗਲ ਕਿਵੇਂ ਹੋ ਸਕਦਾ ਹੈ ਤੂੰ ਹੁਣ ਤੂੰ ਆਪਦੇ ਵੱਲ ਵੇਖ ਭੁੱਲ ਜਾ ਤੂੰ ਮੈਨੂੰ ਮੈਂ ਤੈਨੂੰ ਕਦੇ ਵੀ ਨਹੀਂ ਮਿਲਣਾਗਾ ਤੂੰ ਪਲੀਜ਼ ਆਪਦੇ ਆਪ ਨੂੰ ਸੁਧਾਰ ਲੈ ਤੇ ਮੇਰਾ ਪਿੱਛਾ ਛੱਡ ਦੇ ਭੁੱਲ ਜਾ ਮੈਨੂੰ ਪਲੀਜ਼ ਭੁੱਲ ਜਾ ਮੈਨੂੰ ਆਪਣਾ ਮੇਲ ਕਦੇ ਵੀ ਨਹੀਂ ਹੋਣਾ ਕਦੇ ਵੀ ਨਹੀਂ ਤੂੰ ਆਪਦੀ ਹਾਲਤ ਸੁਧਾਰ ਤੇ ਮੈਨੂੰ ਭੁੱਲ ਜਾ ਤੇਰਾ ਮੇਰਾ